ਕਮਲ ਜੀ ਜੀ ਕੱਲ ਚੋਣਾਂ ਕੈਂਸਲ ਹੋ ਗਈਆਂ ਸੀ ਅੱਜ ਦੁਬਾਰਾ ਸ਼ੁਰੂ ਹੋਈਆਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਮਾਮਲਾ ਹੈ ਕੀ ਹੋਇਆ ਸੀ ਕੱਲ ਹਾਂਜੀ ਕੱਲ ਬੈਲਟ ਪੇਪਰ ਸੀ ਜੋ ਜੀ ਗਲਤ ਹੋਣ ਦੇ ਕਾਰਨ ਵੋਟਾਂ ਕੈਂਸਲ ਹੋ ਗਈਆਂ ਸੀ ਪਰ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ 16 ਤਰੀਕ ਨੂੰ 8 ਵਜੇ ਦੁਬਾਰਾ ਵੋਟਿੰਗ ਸ਼ੁਰੂ ਕਰਤੀ ਅਤੇ ਅਸੀਂ ਇੱਕ ਚੰਗਾ ਸਰਪੰਚ ਚੁਣਨਾ ਚਾਹੁੰਦੇ ਹਾਂ ਤਾਂ ਜੋ ਮਾਨਸਾ ਖੁਰਦ ਦਾ ਪਿੰਡ ਦਾ ਵਿਕਾਸ ਹੋ ਸਕੇ ਪਰ ਬਹੁਤ ਉਤਸ਼ਾਹ ਨਾਲ ਅੱਜ ਵੀ ਲੋਕ ਜਿਵੇਂ ਕੱਲ੍ਹ ਆ ਰਹੇ ਸੀ ਅੱਜ ਵੀ ਉਸੇ ਤਰ੍ਹਾਂ ਹੀ ਆ ਰਹੇ ਨੇ ਇਹ ਜੀ ਜੋ ਬੈਲਟ ਪੇਪਰ ਛਾਪੇ ਗਏ ਸੀ ਨਾ ਸਰਕਾਰ ਵੱਲੋਂ ਜੀ ਉਹਨਾਂ ਦੇ ਵਿੱਚ ਕਲੈਰੀਕਲ ਮਿਸਟੇਕ ਆ ਗਏ ਸੀ ਦੋ ਸਾਡੇ ਸਰਪੰਚੀ ਦੇ ਜਿਹੜੇ ਦਾਅਵੇਦਾਰ ਸੀਗੇ ਉਹਨਾਂ ਦੇ ਨਿਸ਼ਾਨ ਚੇਂਜ ਹੋ ਗਏ ਸੀ ਇੱਕ ਮੈਂਬਰ ਸਾਹਿਬ ਦਾ ਨਾਮ ਚੇਂਜ ਹੋ ਗਿਆ ਸੀਗਾ ਜੀ ਉਹਦੇ ਕਰਕੇ ਜਿਹੜੀ ਸੀ ਚੋਣ ਇਹ ਫਿਰ ਅਸੀਂ ਸਾਰਿਆਂ ਦੇ ਰਾਏ ਦੇ ਨਾਲ ਇਹ ਮੁਲਤਵੀ ਹੋਈ ਪ੍ਰਸ਼ਾਸਨ ਦਾ ਇਹਦੇ 'ਚ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਤਲਬ ਕਿ ਸਹਿਯੋਗ ਦਿੱਤਾ ਔਰ ਦੂਸਰਾ ਅੱਜ 16 ਤਰੀਕ ਨੂੰ ਫਿਰ ਦੁਬਾਰਾ ਜਿਹੜੀ ਜਲਦੀ ਕਰਵਾ ਦਿੱਤੀ ਇਹਦੇ 'ਚ ਵੀ ਅਸੀਂ ਬਹੁਤ ਵੱਡਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਲੋਕਾਂ ਨੂੰ ਜੋੜਨਾ ਅਤੇ ਇਕੱਠੇ ਕਰਨਾ ਬਹੁਤ ਮੁਸ਼ਕਲ ਦਾ ਕੰਮ ਸੀਗਾ ਅਤੇ ਹੁਣ ਜਿਹੜਾ ਅਸੀਂ ਸਰਪੰਚ ਚੁਣਨ ਜਾ ਰਹੇ ਹਾਂ ਸਾਰੇ ਆਪੋ ਆਪਣੇ ਜ਼ੋਰ ਲਾ ਰਹੇ ਨੇ ਅਤੇ ਵਧੀਆ ਹਰ ਇੱਕ ਨੂੰ ਇਹੀ ਅਸੀਂ ਵਧੀਆ ਉਮੀਦਵਾਰ ਪਿੰਡ ਦੇ ਕੰਮਾਂ ਵਾਸਤੇ ਚੁਣ ਕੇ ਕੱਲ੍ਹ ਮੇਨ ਚੱਕਰ ਪਿਆ ਸੀਗਾ ਜੀ ਬੈਲਟ ਪੇਪਰ ਦਾ ਮੈਂ ਵੀ ਉਮੀਦਵਾਰ ਹਾਂ ਅਤੇ ਮੇਰੇ ਬੈਲਟ ਪੇਪਰ ਉੱਪਰ ਮੇਰੇ ਨਾਂ ਦੀ ਜਗ੍ਹਾ ਦੇ ਉੱਪਰ ਮੇਰੇ ਫਾਦਰ ਸਾਹਿਬ ਦਾ ਨਾਂ ਲਿਖਿਆ ਗਿਆ ਜੋ ਸਾਡੇ ਸਰਪੰਚੀ ਦੇ ਉਮੀਦਵਾਰ ਸੀਗੇ ਉਹਨਾਂ ਦੇ ਚੋਣ ਨਿਸ਼ਾਨ ਵੀ ਕ੍ਰੋਸ ਹੋ ਗਏ ਦੂਜੇ ਦਾ ਦੂਜੇ ਨੂੰ ਲੱਗ ਗਿਆ ਪਹਿਲੇ ਦਾ ਦੂਜੇ ਨੂੰ ਲੱਗ ਗਿਆ ਉਸ ਸੰਬੰਧ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਤਾਂ ਸਾਨੂੰ ਉਹ ਚੋਣਾਂ ਰਕਵਾਉਣੀਆਂ ਪਈਆਂ ਉਸ ਦੇ ਉਲਟ ਕੁਛ ਮਸਲਾ ਹੋਰ ਵੀ ਬਹੁਤ ਇੱਥੇ ਮੁੱਦਾ ਉੱਠਿਆ ਸੀ ਵੀ ਸ਼ਾਇਦ ਕਿਸੇ ਨੇ ਰਕਵਾਤੀਆਂ ਜਾਂ ਪ੍ਰੈਸ਼ਰ ਪਿਆ ਇਹੋ ਜਿਹਾ ਕੋਈ ਕੁਛ ਨਹੀਂ ਸੀਗਾ ਮੇਨ ਗੱਲ ਇਹੀ ਸੀਗੀ ਕਿ ਜੋ ਬੈਲਟ ਪੇਪਰ ਸੀਗੇ ਉਹਨਾਂ ਦੀ ਛਪਾਈ ਦੇ ਵਿੱਚ ਪ੍ਰੋਬਲਮ ਆ ਗਈ ਸੀਗੀ ਤਾਂ ਕਰਕੇ ਕੱਲ੍ਹ ਚੋਣਾਂ ਮੁਲਤਵੀ ਕਰਨੀਆਂ ਪਈਆਂ ਸੀਗੀਆਂ ਅੱਜ ਕੀ ਹੋਇਆ ਫਿਰ ਅੱਜ ਠੀਕ ਆ ਜੀ ਅੱਜ ਦੁਬਾਰੇ ਚੋਣਾਂ ਹੋ ਰਹੀਆਂ ਸ਼ਾਂਤੀ ਨਾਲ ਵਧੀਆ ਪ੍ਰਸ਼ਾਸਨ ਦੀ ਡਿਊਟੀ ਲੱਗੀ ਹੋਈ ਆ ਜਿਵੇਂ ਸ਼ਾਂਤੀਪੂਰਕ ਵੋਟਾਂ ਸ਼ੁਰੂ ਹੋ ਚੁੱਕੀਆਂ ਨੇ ਲੋਕ ਜਾ ਰਹੇ ਆ ਵਧੀਆ ਹੁੰਗਾਰਾ ਮਿਲ ਰਿਹਾ ਹੈਗਾ ਅਤੇ ਅੱਜ ਬੈਲਟ ਪੇਪਰ ਚੈੱਕ ਕੀਤੇ ਅਸੀਂ ਸਾਰਾ ਕੁਛ ਦੇਖ ਲਿਆ ਕਿਸੇ ਵਿੱਚ ਕੋਈ ਦਿੱਕਤ ਨਹੀਂ ਸਾਰੇ ਸਹੀ ਨੇ